ਨਿਆਣੇ ਦਾ ਅਖਾਣ ਹੈ ਜੋ ਮਾਂ ਮਤਰਾਈ ਤੇ ਪਿਓ ਕਸਾਈ। ਈ ਸੰਗੇ ਸਾਰਾ ਸਾਲ ਲੋਕਾਂ ਦੀ ਗਾਲੀ ਸੁਣਨ ਵਾਲਾ ਕਸਾਈ ਬੱਕਰੀ ਤੇ ਦੁਨੀਆਂ ਕੋ ਪਿੱਛੂ ਲਾਈ ਵਦਾ ਹੁੰਦੇ ਅਤੇ ਇੱਕ ਪਕੜਨ ਵਾਸਤੇ ਬਾਜ਼ ਔਕਾਤ ਵੱਡੀਆਂ ਸਿਫਾਰਿਸ਼ਾਂ ਲੱਭਣੀਆਂ ਪੈਂਦੀਆਂ ਤਾਂ ਮੰਨ ਕੇ ਕਸਾਈ ਹੱਥ ਆਉਂਦੇ। ਕਸਾਈ ਜਹਾਂਗੀਰ ਕੁਰੇਸ਼ੀ ਦੀ ਮੰਗ ਵਿੱਚ ਈਦ ਤੇ ਇੱਕਦਮ ਇਜ਼ਾਫਾ ਥੀ ਵੈਂਦੇ। ਇਹਦੀ ਉਮਰ 70 ਸਾਲ ਹੈ ਅਤੇ ਉਹ ਪਿਛਲੇ 50 ਸਾਲ ਤੋਂ ਪੇਸ਼ੇ ਨਾਲ ਵਾਬਸਤਾ ਹੈ। ਬੜੇ ਨਖਰੇ ਹੁੰਦੇ ਸੀ, ਟਾਈਮ ਟਾਈਮ ਦੀ ਗੱਲ ਹੁੰਦੀ ਹੈ, ਇਹੋ ਤਾਂ ਸਾਡਾ ਟਾਈਮ ਹੁੰਦਾ ਸੀ ਜਨ ਦਾ, ਅੱਗੋਂ ਪਿੱਛੋਂ ਤਾਂ ਜਿਵੇਂ ਮਰਜ਼ੀ ਕਰ ਲੈਂਦੇ ਨੇ, ਸੀਜ਼ਨ ਦੇ ਬਾਦਸ਼ਾਹ ਡਬਲ ਕੀਮਤ ਹੁੰਦੀ। ਮਹਿੰਗਾਈ ਲੋਕਾਂ ਵਾਸਤੇ ਮਸਾਇਲ ਦਾ ਸਬਬ ਹੈ, ਪਰ ਕਸਾਈ ਵਾਸਤੇ ਇਹੋ ਈਦ ਕਮਾਈ ਦਾ ਜ਼ਰੀਆ, ਕਿਉਂ ਜੋ ਆਪਣੀ ਮਨਸ਼ਾ ਦੇ ਮੁਤਾਬਕ ਸੁਨਤ ਇਬਰਾਹੀਮੀ ਦੀ ਫੀਸ ਵਸੂਲ ਕਰਦੇ। ਵੱਡੇ ਜਾਨਵਰ ਦੀ ਸੀ 10,000 ਰੁਪਏ ਫੀਸ, ਛੋਟੇ ਦੀ 3 ਦੂ ਇਵੇਂ ਫੀਸ। ਕਸਾਈ ਵੱਡੇ ਵੇਲੇ ਨਾਲ ਜਾਗ ਪਾਉਂਦੇ ਤਾਂ ਜੋ ਈਦ ਦੀ ਲਕਸ਼ਮੀ ਕੋ ਕਾਬੂ ਕੀਤਾ ਬਣ ਸਕੇ। ਸਵੇਰੇ ਸਹੀ 6 ਵਜੇ ਉੱਠਦੇ ਹਨ, ਉਹਦੇ ਬਾਅਦ ਨਾਸ਼ਤਾ ਪਾਣੀ ਨਵਾਜ਼ ਸ਼ਵਾਜ਼ ਪੜ੍ਹ ਕੇ ਵੱਲ ਨਿਕਲ ਪੈਂਦੇ ਹਨ। 8 ਵਜੇ ਨਵਾਜ਼ ਪੜ੍ਹ ਕੇ ਘੋਵਣ ਦੇ ਲਈ ਵੱਲ ਸ਼ਾਮ ਕੋ ਆਉਂਦੇ ਨੇ। 100-80-90 ਡੰਗਰ ਪੂਰੀ ਟੀਮ ਹੁੰਦੀ ਸਾਡੀ ਬਣਾ ਲੈਂਦੀ। ਮੁਲਕ 'ਚ ਵਧਦੀ ਹੋਈ ਮਹਿੰਗਾਈ ਪਰ ਜਾਨਵਰ ਜ਼ਿਬਾਹ ਕਰਨ ਦੇ ਖਰਚੇ 'ਚ ਵੀ ਇਜ਼ਾਫਾ ਥੀ ਗਏ। ਗੁਜ਼ਰੇਲ ਸਾਲਾਂ ਦੀ ਨਿਸਬਤ ਜਾਨਵਰ ਜ਼ਿਬਾਹ ਕਰਨ ਦੇ ਰੇਟ ਅਸਮਾਨ ਨਾਲ ਗੱਲ ਨਹੀਂ ਕਰਦੇ ਪਏ ਅਤੇ ਰੇਟ 1,000 ਤੋਂ 10,000 ਤੱਕ ਪੁੱਜ ਗਏ। 3 ਸਾਲ ਪਹਿਲੇ ਸਹੀ 3,000 ਤੋਂ 2,000 ਦਾ ਰੇਟ ਹੈ ਵੱਡੇ ਜਾਨਵਰ ਦਾ, ਅਤੇ ਜਦੋਂ ਸੇ ਹਕੂਮਤ ਆਈ ਹੈ ਤਾਂ ਰੇਟ ਬੜੇ ਵਧੀ ਗਏ ਅਤੇ ਖਰਚੇ ਵੀ ਬੜੇ ਵਧੀ ਗਏ। ਹੁਣ ਜਿਵੇਂ ਖਰਚੇ ਤੇ ਰੈਟ ਵਧੀਦੇ ਪਏ, ਇਵੇਂ ਸਾਡਾ ਰੈਟ ਹੀ ਵਧ ਗਿਆ। ਮਾਹਿਰ ਕਸਾਈ ਵੱਡੇ ਜਾਨਵਰ ਕੋ ਜ਼ਿਬਾ ਕਰਨ ਅਤੇ ਹਿੱਸੇ ਬਣਾਉਣ ਦੇ 30 ਮਿੰਟ ਅਤੇ ਛੋਟੇ ਜਾਨਵਰ ਤੇ 10 ਤੋਂ 15 ਮਿੰਟ ਖਰਚ ਕਰਦੇ। ਕਸਾਈ ਕੋ ਵੱਡੀ ਜਲਦੀ ਹੁੰਦੀ ਹੈ ਕਿਉਂ ਜੋ ਅਗਲੀ ਕੁਰਬਾਨੀ ਵਾਸਤੇ ਲੋਕ ਸਿਰ ਤੇ ਖੜੇ ਹੁੰਦੇ ਨੇ। ਬੱਕਰੀ ਦੇ ਲੋਕਾਂ ਵਾਸਤੇ ਸੁਨਤ ਇਬਰਾਹੀਮ ਦੀ ਤਕਮੀਲ ਦੇ ਨਾਲ ਨਾਲ ਕਸਾਈ ਦੀ ਜੇਬ ਵੀ ਗਰਮ ਕਰਦੀ ਹੈ, ਜਿਹੜਾ ਇਹ ਮਜ਼ਹਬੀ ਤਿਉਹਾਰ ਤੇ ਆਪਣੀ ਸ਼ਰਾਇਤ ਅਤੇ ਮਰਜ਼ੀ ਦੇ ਨਾਲ ਖੱਲ ਲਾਹਣ ਦੀ ਮਹਾਰਤ ਦਾ ਇਜ਼ਹਾਰ ਕਰਦੇ। ਕੈਮਰਾਮੈਨ ਤਾਹਿਰ ਅਬਾਸ ਦੇ ਨਾਲ ਜਾਵੇਦ ਇਕਬਾਲ ਅੰਬਰ, ਰੋਈ ਟੀਵੀ, ਮੁਲਤਾਨ।